ਗੁਰੂ ਸਾਹਿਬ ਜੀਓ ਜਹ ਪ੍ਰਸਾਦ ਅਰੋਗ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸਨੇਹੀ ਜਹ ਪ੍ਰਸਾਦ ਤੇਰਾ ਓਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜਹ ਪ੍ਰਸਾਦ ਤੇਰੇ ਸਗਲ ਸ਼ਿਦਰ ਢਾਕੇ ਮਨ ਸ਼ਰਨੀ ਪਰ ਠਾਕਰ ਪ੍ਰਭ ਤਾਕੈ ਜਿਹ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਸ ਸਾਸ ਸਿਮਰੋ ਪ੍ਰਭ ਊਚੇ ਜਿਹ ਪ੍ਰਸਾਦ ਪਾਈ ਦੁਰਲਭ ਦੇਹੇ ਨਾਨਕ ਤਾਕੀ ਭਗਤ ਕਰੇ ਨਾਨਕ ਤਾਕੀ ਭਗਤ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਜੁੜ ਬੈਠੇ ਗੁਰੂ ਪਿਆਰ ਵਾਲੇ ਗੁਰੂ ਸਵਾਰੇ ਸਤਸੰਗੀ ਜਨਮ, ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਦੀ ਲੜੀਵਾਰ ਵਿਚਾਰ ਆਪਾਂ ਕਰ ਰਹੇ ਹਾਂ ਜੀ। ਛੇਵੀਂ ਪੌੜੀ ਦੀ ਵਿਚਾਰ, ਵਾਹਿਗੁਰੂ ਛੇਵੀਂ ਅਸ਼ਟਪਦੀ ਦੀ ਵਿਚਾਰ ਚੱਲ ਰਹੀ ਹੈ ਅਤੇ ਛੇਵੀਂ ਅਸ਼ਟਪਦੀ ਦਾ ਇਹ ਤੀਸਰਾ ਜੋ ਪਦਾ ਹੈ ਇਹਨੂੰ ਆਪਾਂ ਸੰਗਤੀ ਰੂਪ ਉਚਾਰਨ ਕੀਤਾ, ਇਸ ਦੀ ਵਿਚਾਰ ਅੱਜ ਆਪਾਂ ਕਰਨੀ ਹੈ। ਜਿਸ ਪਾਵਨ ਪਦੇ ਨੂੰ ਥੋੜ੍ਹੇ ਜਿਹੇ ਧਿਆਨ ਦੇ ਨਾਲ ਆਪਾਂ ਸੁਰਤ ਦੇ ਨਾਲ ਵੇਖੀਏ ਅਤੇ ਧੰਨ ਗੁਰੂ ਅਰਜਨ ਦੇਵ ਸਤਿਗੁਰੂ ਪਾਤਸ਼ਾਹ ਬਹੁਤਾਂਤ ਇਸ ਪਾਵਨ ਪਦੇ ਦੇ ਅੰਦਰ ਗੱਲ ਦੇਹ ਦੀ ਕਰ ਰਹੇ ਹੈ, ਸਰੀਰ ਦੀ ਕਰ ਰਹੇ ਹੈ। ਅਖੀਰ ਦੇ ਵਿੱਚ ਵੀ ਪਾਤਸ਼ਾਹ ਇਹ ਕਹਿੰਦੇ ਨੇ ਜਿਹ ਪ੍ਰਸਾਦ ਪਾਈ ਦੁਰਲੱਭ ਦੇਹ, ਅਤੇ ਸ਼ੁਰੂਆਤ ਵੀ ਸਤਿਗੁਰੂ ਪਾਤਸ਼ਾਹ ਇੱਥੋਂ ਕਰਦੇ ਨੇ ਜਿਹ ਪ੍ਰਸਾਦ ਅਰੋਗ ਕੰਚਨ ਦੇਹੀ, ਜਿਸ ਦੀ ਕਿਰਪਾ ਦੇ ਨਾਲ ਇਸ ਗੁਣਾ ਗੁਰਮੁਖੋ ਪੂਰੀ ਅਸ਼ਟਪਦੀ ਦੇ ਵਿੱਚ ਵਾਰ ਵਾਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਸਾਨੂੰ ਇਹੀ ਸੋਝੀ ਬਖਸ਼ ਰਹੇ ਹੈ, ਇਹ ਅਕਲ ਸਾਨੂੰ ਦੇ ਰਹੇ ਹੈ ਵੀ ਜੋ ਕੁਛ ਵੀ ਤੇਰੇ ਕੋਲ ਹੈ ਉਹ ਸਭ ਕੁਛ ਉਸ ਪਰਮਾਤਮਾ ਦੀ ਕਿਰਪਾ ਉਹਦੀ ਰਹਿਮਤ ਦੇ ਵਿੱਚੋਂ ਪ੍ਰਾਪਤ ਹੋਇਆ ਹੈ। ਭਾਵੇਂ ਉਹ ਦੁਨਿਆਵੀ ਦਾਤਾਂ ਨੇ,
ਭਾਵੇਂ ਉਹ ਸਰੀਰਕ ਸੁੱਖ ਨੇ, ਸਰੀਰਕ ਆਨੰਦ ਹੈ, ਜਾਂ ਆਤਮਕ ਆਨੰਦ ਦੀ ਦਾਤ ਤੈਨੂੰ ਹੈ, ਜੋ ਕੁਛ ਵੀ ਤੇਰੇ ਕੋਲ ਹੈ ਉਹਦੇ ਵਿੱਚੋਂ ਕੁਛ ਵੀ ਐਸਾ ਨਹੀਂ ਜਿਹੜਾ ਕੇਵਲ ਤੇਰੇ ਯਤਨਾਂ ਦੇ ਨਾਲ ਹੋਵੇ। ਉਸ ਦੀ ਤਰਸ, ਉਸ ਦੀ ਰਹਿਮਤ ਦੇ ਨਾਲ ਇਹ ਸਭ ਦਾਤਾਂ ਮਿਲੀਆਂ ਨੇ। ਤੋ ਇੱਥੇ ਗੱਲ ਗੁਰੂ ਪਾਤਸ਼ਾਹ ਨੇ ਕੀਤੀ, ਜਿਹ ਪ੍ਰਸਾਦ ਆਰੋਗ, ਆਰੋਗ ਹੁੰਦਾ ਰੋਗ ਰਹਿਤ, ਕੰਚਨ, ਕੰਚਨ ਹੁੰਦਾ ਸੋਨਾ, ਦੇਹੀ ਸਰੀਰ, ਜਿਸ ਪ੍ਰਭੂ ਪਰਮਾਤਮਾ ਦੀ ਕਿਰਪਾ ਦੇ ਨਾਲ ਤੈਨੂੰ ਰੋਗ ਰਹਿਤ ਸੋਨੇ ਵਰਗਾ ਸਰੀਰ ਪ੍ਰਾਪਤ ਹੋਇਆ। ਹੁਣ ਬੰਦਾ ਕਹੇਗਾ ਜੀ ਮੈਨੂੰ ਤਾਂ ਰੋਗ ਹੀ ਬਹੁਤ ਨੇ, ਅਸੀਂ ਕਹਿ ਸਕਦੇ ਹਾਂ ਨਾ, ਕਿਉਂਕਿ ਕਿਹੜਾ ਘਰ ਹੈ ਗੁਰਮੁਖੋ ਜਿੱਥੇ ਰੋਗ ਨਹੀਂ ਹੈ। ਇਸ ਕਰਕੇ ਦੇਖੋ ਜੀ, ਮੈਨੂੰ ਤਾਂ ਰੋਗੀ ਸਰੀਰ ਮਿਲਿਆ ਹੋਇਆ, ਅਤੇ ਗੁਰੂ ਪਾਤਸ਼ਾਹ 'ਤੇ ਗੱਲ ਕਰਦੇ ਪਏ ਨੇ ਆਰੋਗ ਕੰਚਨ ਦੇਹੀ, ਰੋਗ ਰਹਿਤ ਸੋਨੇ ਵਰਗਾ ਸ਼ੁੱਧ ਸਰੀਰ। ਆਪਾਂ ਜਿਤਨੇ ਬੈਠੇ ਹਾਂ, ਇਹ ਗੱਲ ਇਮਾਨਦਾਰੀ ਨਾਲ ਆਪਣੀ ਸੁਰਤ ਦੇ ਵਿੱਚ ਵਿਚਾਰ ਕੇ ਦੇਖੀ ਹੈ ਵੀ ਜਦੋਂ ਮੇਰਾ ਜਨਮ ਹੋਇਆ ਸੀ ਉਦੋਂ ਮੈਨੂੰ ਬਿਮਾਰੀਆਂ ਕਿੰਨੀਆਂ ਸੀ। ਅੱਜ ਦੇ ਹਿਸਾਬ ਨਾਲ ਨਾ ਦੇਖੀਏ, ਜਦੋਂ ਮੇਰਾ ਸਰੀਰ ਸੰਸਾਰ ਵਿੱਚ ਆਇਆ ਉਦੋਂ ਬਿਮਾਰੀਆਂ ਕਿੰਨੀਆਂ ਲੱਗੀਆਂ ਸੀ ਗੁਰਮੁਖ, ਉਦੋਂ ਤਾਂ ਕੰਚਨ ਸੀ ਨਾ ਸੋਨੇ ਵਰਗਾ। ਜਦੋਂ ਇਹ ਸਰੀਰ, ਇਹ ਦੇਹ ਸਾਨੂੰ ਵਾਹਿਗੁਰੂ ਪਰਮੇਸ਼ਰ ਦੇ ਕੋਲੋਂ ਮਿਲੀ ਉਦੋਂ ਤਾਂ ਇਹਨੂੰ ਕੋਈ ਰੋਗ ਨਹੀਂ ਸੀ ਨਾ, ਉਦੋਂ ਤਾਂ ਕੰਚਨ ਵਰਗਾ ਪਵਿੱਤਰ ਸੀ ਇਹ। ਕੰਚਨ ਦਾ ਕੀ ਅਰਥ ਹੈ? ਸ਼ੁੱਧ ਸੋਨੇ ਵਰਗਾ। ਉਦੋਂ ਤਾਂ ਬਿਲਕੁਲ ਕੰਚਨ ਵਰਗਾ ਸੀ ਇਹ ਸਰੀਰ, ਸੋਨੇ ਵਰਗਾ ਪਵਿੱਤਰ ਸੀ। ਜਿਵੇਂ ਇੱਕ ਬਚਨ ਬਾਬਾ ਕਬੀਰ ਸਾਹਿਬ ਦਾ ਆਉਂਦਾ, ਪਹਿਲੇ ਪੂਤ ਪਛੇਰੀ ਮਾਈ, ਇੱਕ ਬਚਨ ਹੈ ਬਾਬਾ ਕਬੀਰ ਸਾਹਿਬ ਦਾ, ਪਹਿਲੇ ਪੂਤ ਪਛੇਰੀ ਮਾਈ ਗੁਰ ਲਾਗੋਂ ਚੇਲੇ ਕੀ ਪਾਈ, ਏਕ ਅਚਰਜ ਦੇਖਿਓ ਕਬੀਰ ਦੱਦ ਕੈ ਭੂਲੈ ਬਰੋਲੈ ਨੀਰ। ਪਹਿਲੇ ਪੂਤ, ਪਹਿਲਾਂ ਪੁੱਤ ਆਇਆ, ਪਛੇਰੀ ਮਾਈ ਪਿੱਛੋਂ ਮਾਈ ਆਈ, ਇਹਦੇ ਸਿੱਧ ਜਿਹੇ ਅਰਥ ਇਹੀ ਬਣਦੇ ਨੇ, ਪਰ ਅਸਲ ਇਹਦੇ ਅਰਥ ਬਣਦੇ ਨੇ ਪਹਿਲੇ ਪੂਤ, ਪਹਿਲੇ ਤਾਂ ਇਹ ਸਰੀਰ ਬੜਾ ਪਵਿੱਤਰ ਸੀ, ਮਾਇਆ ਤਾਂ ਇਹਦੇ ਨਾਲ ਬਾਅਦ ਵਿੱਚ ਲੱਗੀ। ਪਹਿਲੇ ਪੂਤ, ਪਹਿਲਾਂ ਇਹ ਸਰੀਰ ਬੜਾ, ਪੂਤ ਦਾ ਕੀ ਅਰਥ ਹੈ ਇੱਥੇ? ਪਵਿੱਤਰ, ਨਿਰਮਲ। ਪਹਿਲਾਂ ਇਹ ਸਰੀਰ, ਇਹ ਕਾਇਆ ਬੜੀ ਪਵਿੱਤਰ ਸੀ, ਪਛੇਰੀ ਮਾਈ, ਪਛੇਰ ਦਾ ਅਰਥ ਹੈ ਪਿੱਛੋਂ, ਬਾਅਦ ਵਿੱਚ ਇਸ ਸਰੀਰ ਨੂੰ, ਇਸ ਦੇਹੀ ਨੂੰ ਮਾਇਆ ਨੇ ਤਾਂ ਬਾਅਦ ਵਿੱਚ ਜਕੜਿਆ ਨਾ, ਪਹਿਲਾਂ ਤਾਂ ਪਵਿੱਤਰ ਸੀ ਇਹ ਮਨੁੱਖ, ਇਹ ਆਤਮਾ ਬੜੀ ਪਵਿੱਤਰ ਸੀ, ਸੱਚ ਹੈ ਗੁਰਮੁਖੋ। ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਤੂੰ ਝਾਂਤੀ ਮਾਰ, ਜਦੋਂ ਰੱਬ ਦੇ ਕੋਲੋਂ ਤੈਨੂੰ ਇਹ ਸਰੀਰ ਮਿਲਿਆ ਸੀ ਉਦੋਂ ਇਹਨੂੰ ਰੋਗ ਨਹੀਂ ਸੀ। ਅੱਛਾ, ਇੱਕ ਬੇਨਤੀ ਹੋਰ ਵੀ ਸਮਝੋ ਫਿਰ ਗੁਰਮੁਖੋ, ਜਦੋਂ ਰੋਗਾਂ ਦੀ ਗੱਲ ਚੱਲਦੀ ਹੈ ਉਦੋਂ ਅਸੀਂ ਇਕੱਲੇ ਸਰੀਰਕ ਬਿਮਾਰੀਆਂ ਨੂੰ ਰੋਗ ਮੰਨ ਲੈਂਦੇ ਹਾਂ,
ਜਿਹੜੀਆਂ ਸਾਡੀਆਂ ਸਰੀਰਕ ਬਿਮਾਰੀਆਂ ਨੇ, ਜਿਹੜੀਆਂ ਬਿਮਾਰੀਆਂ ਇਹ ਕਹਿ ਲਓ ਵੀ 90% ਸਾਡੀ ਗਲਤੀਆਂ ਜਾਂ ਸਾਡੇ ਨਲਾਇਕੀ ਦੇ ਕਾਰਨ ਸਾਨੂੰ ਲੱਗੀਆਂ ਹੋਈਆਂ ਨੇ। ਜਿਹੜੀਆਂ ਸਰੀਰ ਦੀਆਂ ਬਿਮਾਰੀਆਂ ਨੇ ਬਹੁਤੀਆਂ, ਉਹ ਸਾਡੀ ਸਰੀਰਕ ਨਲਾਇਕੀ ਦੇ ਕਾਰਨ ਹੀ ਸਾਨੂੰ ਲੱਗੀਆਂ ਹੋਈਆਂ ਨੇ। ਮੈਂ ਕਈ ਵਾਰ ਉਹਨਾਂ ਕੋਲ ਬੇਨਤੀ ਕਰਦਾ ਹੁੰਦਾ, ਪੁਰਾਣਾ ਸਮਾਂ ਸੀ ਸਾਡਾ, ਸਾਡੇ ਬਜ਼ੁਰਗਾਂ ਦਾ, ਕਿਉਂਕਿ ਨਾ ਇਹ ਗੱਲ ਚੇਤਾ ਰੱਖੋ, ਮੈਂ ਇੱਕ ਦਿਨ ਬੇਨਤੀ ਕੀਤੀ ਸੀ, ਜਿੰਨਾ ਤੀਰ ਪਿੱਛੇ ਨੂੰ ਖਿੱਚੀਦਾ ਨਾ ਉਨਾ ਅੱਗੇ ਨੂੰ ਜਾਂਦਾ ਹੈ ਉਹ। ਜਿਹਦਾ ਤੀਰ ਸਭ ਤੋਂ ਅੱਗੇ ਜਾਂਦਾ ਹੋਵੇ ਨਾ, ਪੁੱਛੀਏ ਵੀ ਤੇਰਾ ਤੀਰ ਸਭ ਤੋਂ ਅੱਗੇ ਕਿਉਂ ਜਾਂਦਾ, ਉਹ ਕਹਿੰਦਾ ਮੈਂ ਪਿੱਛੇ ਨੂੰ ਬਹੁਤ ਖਿੱਚਦਾ, ਜਿੰਨਾ ਤੀਰ ਪਿੱਛੇ ਨੂੰ ਖਿੱਚਿਆ ਜਾਏਗਾ ਉਨਾ ਅੱਗੇ ਨੂੰ ਜਾਏਗਾ। ਜਿੰਨਾ ਅਸੀਂ ਆਪਣੇ ਪਿਛੋਕੜ ਵੱਲ ਜਾਵਾਂਗੇ ਉਨਾ ਅਸੀਂ ਸੁੱਖ ਵਿੱਚ ਅੱਗੇ ਵੱਲ ਨੂੰ ਜਾਵਾਂਗੇ, ਜਿੰਨਾ ਅਸੀਂ ਆਪਣੇ ਇਤਿਹਾਸ ਵੱਲ ਪਿਛੋਕੜ ਵੱਲ ਜਾਵਾਂਗੇ ਉਨਾ ਸਾਡੀ ਜ਼ਿੰਦਗੀ ਸਮਾਰਟ ਸਾਡਾ ਅੱਗੇ ਵੱਲ ਨੂੰ ਜਾਏਗਾ। ਅੱਜ ਬੰਦਾ ਪਿੱਛੇ ਪਰਤ ਕੇ ਨਹੀਂ ਦੇਖ ਰਿਹਾ ਵੀ ਕੀ ਕਾਰਨ ਸੀ। ਅੱਜ ਤੋਂ 25-30 ਸਾਲ ਪਹਿਲਾਂ ਕੋਈ ਡਾਕਟਰ ਵੀ ਇੰਨੇ ਨਹੀਂ ਸੀ, ਸਪੈਸ਼ਲਿਸਟ ਵੀ ਇੰਨੇ, ਸਾਰੀਆਂ ਹੀ ਬਿਮਾਰੀਆਂ ਦਾ ਇੱਕੋ ਡਾਕਟਰ ਹੁੰਦਾ ਸੀ, ਸਾਰੇ ਉਸੇ ਕੋਲ ਦਵਾਈ ਲਈ ਜਾਂਦੇ ਸੀ। ਅੱਜ ਕੀ ਕਾਰਨ ਹੈ, ਇੰਨੀਆਂ ਬਿਮਾਰੀਆਂ ਹੋ ਗਈਆਂ ਨੇ ਵੀ ਇੱਕ ਇੱਕ ਅੰਗ ਦਾ ਸਪੈਸ਼ਲ ਡਾਕਟਰ ਬਣਿਆ ਪਿਆ, ਕੀ ਕਾਰਨ ਹੈ। ਕਦੇ ਸਾਡੇ ਬਜ਼ੁਰਗ ਇੰਨੇ 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 ਸੁੱਖਾਂ ਦੇ ਵਿੱਚ ਵੀ ਨਹੀਂ ਸੀ ਰਹਿੰਦੇ। ਤਾਂ ਇੱਕੋ ਹੀ ਕਾਰਨ ਹੈ, ਅਸੀਂ ਆਪਣੇ ਜਿਹੜਾ ਸਾਡੀ ਕੰਚਨ ਸਰੀਰ ਸੀ ਨਾ, ਜਿੱਦਾਂ ਗੁਰੂ ਪਾਤਸ਼ਾਹ ਨੇ ਸਾਨੂੰ ਕਿਹਾ ਅਸੀਂ ਉੱਦਾਂ ਰੱਖ ਨਹੀਂ ਸਕੇ। ਜਿਵੇਂ ਸੌਖਾ ਜਿਹਾ ਲਾ ਲਓ, ਸਾਡੇ ਜਿਹੜੀ ਧਾਰਮਿਕ ਜੀਵਨ ਹੁੰਦਾ, ਜਿਹੜੇ ਰਾਗੀ ਗ੍ਰੰਥੀ ਸਿੰਘ ਨੇ ਸਾਡੇ, ਹੈ ਨਾ, ਤੁਸੀਂ ਕਦੇ ਦੇਖਿਆ ਇੱਦਾਂ ਵੀ ਕੋਈ ਗ੍ਰੰਥੀ 90 ਸਾਲ ਦਾ ਹੋਇਆ ਹੋਵੇ? ਤੁਸੀਂ ਕਦੇ ਦੇਖਿਆ ਇੱਦਾਂ ਦਾ ਵੀ ਕੋਈ ਕਥਾ ਵਾਚਕ ਜਾਂ ਕੋਈ ਗ੍ਰੰਥੀ ਸਿੰਘ 100 ਸਾਲ ਦੀ ਉਮਰ ਦਾ ਹੋਇਆ ਹੋਵੇ? ਤੁਸੀਂ ਕਦੇ ਨਹੀਂ ਦੇਖੋਗੇ। 70 ਸਾਲ ਜਾਂ 75 ਸਾਲ ਬਸ, ਇਦੂ ਵੱਲ ਟੱਪਦੀ ਨਹੀਂ ਉਮਰ। ਕਾਰਨ ਕੀ ਹੁੰਦਾ? ਭਾਵੇਂ ਮੈਂ ਹੋਰਾਂ ਦੀ ਗੱਲ ਨਹੀਂ ਕਰਦਾ, ਮੈਂ ਆਪਣੇ ਜਿਹੜਾ ਸੰਬੰਧਿਤ ਗੱਲਾਂ ਗੱਲ ਕਰਦਾ ਇਹ। ਤੁਸੀਂ ਕਦੇ ਨਹੀਂ ਵੇਖਿਆ ਕੋਈ ਬੰਦਾ ਕਵੇ ਜੀ ਮੈਂ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਸੀ, ਮੈਂ ਕਥਾ ਵਾਚਕ ਰਿਹਾ ਅਤੇ ਮੇਰੀ ਉਮਰ 100 ਸਾਲ ਹੈ। ਕਦੇ ਨਹੀਂ ਹੁੰਦਾ ਐਸਾ। ਬਸ ਮਸਕੀਨ ਸਾਹਿਬ ਸਨ, ਕਿੰਨੇ ਉਹਨਾਂ ਦਾ ਜੀਵਨ ਇਹ ਕਹਿ ਲਓ ਵੀ ਕਿੰਨਾ ਸਾਦਾ ਸੀ ਜੀਵਨ ਮਸਕੀਨ ਸਾਹਿਬ ਦਾ, ਪਰ 72-73 ਸਾਲ ਦੀ ਉਮਰ ਸੀ ਸਾਰੀ ਉਹਨਾਂ ਦੀ। ਆਮ ਜਿਹੜਾ ਖੇਤ ਵਿੱਚ ਕੰਮ ਕਰਨ ਵਾਲਾ ਬੰਦਾ ਉਹ 100 ਸਾਲ ਦਾ, ਕਈ ਸਾਨੂੰ ਮਿਲ ਜਾਂਦੇ ਨੇ 100-100 ਸਾਲ ਦੇ। ਕਾਰਨ ਕੀ ਹੁੰਦਾ? ਕਾਰਨ ਇੱਕੋ ਹੁੰਦਾ ਵੀ ਜਿੱਦਾਂ ਦਾ ਖਾਣਾ ਹੁੰਦਾ ਮਿਹਨਤ ਨਹੀਂ ਉੱਦਾਂ ਦੀ ਹੁੰਦੀ। ਇੱਕੋ ਹੀ ਕਾਰਨ ਹੈ, ਖਾਣਾ ਇੰਨਾ ਕੁ ਵਧੀਆ ਹੁੰਦਾ ਵੀ ਜਿੱਦਾਂ ਦਾ ਖਾਣਾ ਇੱਕ 8 ਘੰਟੇ ਸਰੀਰਕ ਖੇਤ ਵਿੱਚ ਕੰਮ ਕਰਨ ਵਾਲੇ ਬੰਦੇ ਨੂੰ ਚਾਹੀਦਾ, ਅਸੀਂ ਖਾਣਾ ਉੱਦਾਂ ਦਾ ਖਾ ਰਹੇ ਹੁੰਦੇ ਹਾਂ ਅਤੇ ਸਰੀਰਕ ਮਿਹਨਤ ਹੁੰਦੀ ਕੋਈ ਨਹੀਂ। ਸਰੀਰਕ ਮਿਹਨਤ ਤਾਂ ਹੁੰਦੀ ਕੋਈ ਨਹੀਂ, ਜੇ ਸਰੀਰ ਰੂਪੀ ਘੋੜੀ ਨੂੰ ਇਕੱਲਾ ਚੰਗਾ ਖੁਰਾਕ ਹੀ ਖਵਾਈ ਜਾਵਾਂਗੇ ਅਤੇ ਉਹਨੂੰ ਕੰਮ 'ਤੇ ਲਾਉਣੇ ਨਹੀਂ, ਉਹਨੇ ਕੀ ਹੋਣਾ? ਆਖਰ ਨੂੰ ਨਲਾਇਕ ਹੀ ਬਣਨਾ, ਖੜੀ ਨੇ ਬਿਮਾਰੀਆਂ ਦਾ ਕਾਰਨ ਹੀ ਬਣਨਾ। ਜਿੰਨਾ ਖਾਣਾ ਧਰਮੀ ਬੰਦੇ ਦਾ ਸਧਾਰਨ ਹੋਣਾ ਚਾਹੀਦਾ ਨਾ, ਕਿਉਂਕਿ ਸਰੀਰਕ ਉਹਨੂੰ ਸਰੀਰਕ ਜ਼ੋਰ ਨਹੀਂ ਲਾਉਣਾ ਪੈਂਦਾ ਬਹੁਤਾ, ਉਹਨਾਂ ਸਭ ਤੋਂ ਸਿੰਪਲ ਖਾਣਾ ਚਾਹੀਦਾ।
ਤੁਸੀਂ ਦੇਖੋ ਗੁਰੂ ਦਸਾਂ ਗੁਰੂ ਸਾਹਿਬਾਨਾਂ ਦੇ ਵਿੱਚੋਂ ਵੀ ਦਸਾਂ ਇਹ ਨੁਕਤੇ ਗੁਰਮੁਖੋਂ ਸਮਝਣ ਵਾਲੇ ਨੇ। ਦਸਾਂ ਗੁਰੂ ਸਾਹਿਬਾਨਾਂ ਦੇ ਵਿੱਚੋਂ ਸਭ ਤੋਂ ਜਿਹੜੀ ਵੱਡੀ ਆਰਜ਼ਾ ਹੈ ਉਹ ਗੁਰੂ ਅਮਰਦਾਸ ਸਾਹਿਬ ਦੀ ਹੈ। ਅਸੀਂ ਇਹਨਾਂ ਗੱਲਾਂ ਵੱਲ ਧਿਆਨ ਨਹੀਂ ਦਿੰਦੇ। ਲਗਭਗ 95-96 ਵਰਿਆਂ ਦੀ ਉਮਰ ਧੰਨ ਗੁਰੂ ਅਮਰਦਾਸ ਸਾਹਿਬ ਦੀ, ਅਤੇ ਤੁਸੀਂ ਗੁਰੂ ਅਮਰਦਾਸ ਸਾਹਿਬ ਦੇ ਜੀਵਨ ਨੂੰ ਪੜ੍ਹ ਕੇ ਦੇਖੋ, ਗੁਰੂ ਅਮਰਦਾਸ ਸਾਹਿਬ ਕਦੇ ਵੀ ਨਮਕ ਮਸਾਲਿਆਂ ਵਾਲਾ ਭੋਜਨ ਨਹੀਂ ਸੀ ਖਾਂਦੇ, ਉਬਾਲ ਕੇ ਭੋਜਨ ਖਾਂਦੇ ਸੀ, ਉਬਾਲ ਕੇ। ਇਹ ਇਤਿਹਾਸ ਵਿੱਚ ਲਿਖਤ ਆਉਂਦੀ ਇਸ ਗੱਲ ਦੀ ਵੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਦੇ ਵੀ ਮਸਾਲੇਦਾਰ ਭੋਜਨ ਨਹੀਂ, ਸਿਰਫ ਉਬਾਲਣਾ ਭੋਜਨ ਨੂੰ ਸਬਜ਼ ਉਬਾਲ ਕੇ ਭੋਜਨ ਖਾਂਦੇ ਸਨ। ਅਤੇ ਇੰਨੀ ਲੰਮੀ ਆਰਜ਼ਾ ਹੋ ਗਈ। ਇੱਦਾਂ ਗੁਰੂ ਨਾਨਕ ਬਾਬੇ ਨੇ ਬਾਣੀ 'ਚ ਵੀ ਇਹ ਗੱਲ ਕਹੀ ਨਾ, ਫਿੱਟ ਅਵੇਹਾਂ ਜੀਵਿਆ ਜਿੱਤ ਖਾਏ ਵਧਾਇਆ ਪੇਟ, ਫਿਟਕਾਰ ਐਸਾ ਜੀਵਨ, ਇੱਦਾਂ ਖਾ ਖਾ ਕੇ ਜੇ ਪੇਟ ਹੀ ਵਧਾਇਆ ਇਕੱਲਾ, ਤਾਂ ਤੁਸੀਂ ਦੇਖੋ ਵੀ ਸਭ ਤੋਂ ਵੱਧ ਪੇਟ ਫਿਰ ਹੁੰਦੇ ਕਿਹਨਾਂ ਦੇ ਆ, ਭਾਈਆਂ ਦੇ ਹੁੰਦੇ ਆ। ਕਾਰਨ ਹੀ ਇਹ ਹੁੰਦਾ ਨਾ, ਇਹ ਕਾਰਨ ਹੈ। ਇਸ ਕਰਕੇ ਜਿਹੜਾ ਇਹ ਸਰੀਰ ਹੈ ਸਾਡਾ, ਇਹ ਸਰੀਰ ਪਰਮੇਸ਼ਰ ਦੇ ਦੁਆਰੇ ਤੋਂ ਇੱਦਾਂ ਦਾ ਥੋੜ੍ਹਾ ਸਾਨੂੰ ਮਿਲਿਆ ਸੀ, ਇਹ ਮਿਲਿਆ ਸੀ ਇੱਦਾਂ ਦਾ ਕੰਚਨ ਵਰਗਾ ਹੀ ਮਿਲਿਆ ਸੀ। ਜੇ ਪ੍ਰਸਾਦ ਆਰੋਗ ਰੋਗ ਰਹਿਤ ਮਿਲਿਆ ਸੀ ਕੰਚਨ ਦੇਹੀ, ਇਹ ਕੰਚਨ ਵਰਗਾ ਹੀ ਮਿਲਿਆ ਸੀ ਗੁਰਮੁਖੋ। ਕੀ ਕਾਰਨ ਹੈ ਵੀ ਜਿਹੜੀ ਸ਼ੂਗਰ ਦੀ ਬਿਮਾਰੀ ਹੈ, ਸ਼ੂਗਰ ਦੀ ਬਿਮਾਰੀ ਉਹ ਪਿੰਡਾਂ 'ਚ ਘੱਟ ਹੈ ਸ਼ਹਿਰਾਂ 'ਚ ਵੱਧ ਹੈ? ਕਦੇ ਵਿਚਾਰੀ ਇੱਦਾਂ ਦੀ ਗੱਲ? ਜਿਹੜਾ ਬੰਦਾ ਏ ਸੀ ਵਿੱਚ ਰਹਿੰਦਾ, ਜਿਹੜਾ ਮਨੁੱਖ ਏ ਸੀ 'ਚ ਰਹਿੰਦਾ, ਜ਼ੋਰ ਲਾ ਲਓ ਉਹਨੂੰ 60 ਸਾਲਾਂ ਤੋਂ ਬਾਅਦ ਸ਼ੂਗਰ ਹੋਣੀ ਹੋਣੀ ਹੈ। ਤੁਸੀਂ ਕਿੰਨਾ ਮਰਜ਼ੀ ਜ਼ੋਰ ਲਾ ਲਓ ਹੋਣੀ ਹੋਣੀ ਹੈ। ਕਾਰਨ ਹੈ ਇਹ। ਇਸ ਕਰਕੇ ਤੁਸੀਂ ਵੇਖੋ ਨਾ, ਪਿੰਡਾਂ ਵਿੱਚ ਗੰਨੇ ਲੋਕ ਚੁੱਪਦੇ, ਸ਼ੂਗਰ ਹੁੰਦੀ ਨਹੀਂ। ਸ਼ਹਿਰ 'ਚ ਗੰਨਾ ਵੇਖਣ ਨੂੰ ਨਹੀਂ ਮਿਲਦਾ, ਸ਼ੂਗਰ ਘਰ ਘਰ ਪਈ ਹੈ। ਸ਼ੂਗਰ ਜਿਹੜੀ ਹੈ ਉਹ ਚੇਤਾ ਰੱਖੋ ਜੇ ਮਿੱਠਾ ਖਾਣ ਨਾਲ ਨਹੀਂ ਹੁੰਦੀ। ਜਦੋਂ ਸਰੀਰ ਦੇ ਜਿਹੜੇ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਤਾਕਤ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ, ਫਿਰ ਹੌਲੀ ਹੌਲੀ ਜਿਹੜੀ ਹੈ ਉਹ ਰੋਗ ਉੱਪਰ ਦੀ ਪੈ ਜਾਂਦੇ ਨੇ। ਇਸ ਕਰਕੇ ਇਹ ਯਤਨ ਕਰਿਆ ਕਰੋ ਹਮੇਸ਼ਾ ਵੀ ਘਰਾਂ ਤੋਂ ਬਾਹਰ ਨਿਕਲੋ, ਘੰਟਾ ਦੋ ਘੰਟੇ ਬਾਹਰ ਪੈਦਲ ਤੁਰੋ। ਜੇ 10 ਮਿੰਟ ਦੀ ਵਾਟ ਗੁਰਦੁਆਰੇ ਤੋਂ ਘਰ ਦੀ ਹੈ ਤਾਂ ਕੋਈ ਜ਼ਰੂਰੀ ਨਹੀਂ ਵੀ ਗੱਡੀ ਦੇ ਉੱਤੇ ਆਉਣਾ, ਇੱਦਾਂ ਤੁਰ ਕੇ ਵੀ ਅਸੀਂ ਆ ਸਕਦੇ ਹਾਂ। ਨਾਲ ਨਾਲ ਸੈਰ ਹੋ ਜਾਏਗੀ, ਸਰੀਰਕ ਅਭਿਆਸ ਹੋ ਜਾਏਗਾ, ਇੱਦਾਂ ਹੋਣਾ ਚਾਹੀਦਾ ਨਾ। ਇਹ ਗੁਰਮੁਖੋ ਦੇਖੋ, ਇਹ ਸਰੀਰ ਜੇ ਸਵਸਥ ਹੈ ਨਾ, ਇਹਦੇ ਨਾਲ ਬੰਦਗੀ ਵੀ ਹੋ ਸਕਦੀ ਹੈ। ਇਹ ਸਰੀਰ ਤੰਦਰੁਸਤ ਹੈ, ਸੇਵਾ ਵੀ ਕਰ ਸਕਦੇ ਹਾਂ। ਇਹ ਸਰੀਰ ਤੰਦਰੁਸਤ ਹੈ, ਘੰਟਾ ਬੈਠ ਕੇ ਬਾਣੀ ਵੀ ਪੜ੍ਹ ਸਕਦੇ ਹਾਂ। ਇਹ ਸਰੀਰ ਸਵਸਥ ਹੈ, ਪੋਤੇ ਪੋਤੀਆਂ ਨੂੰ ਖੜਾ ਵੀ ਸਕਦੇ ਹਾਂ। ਇਹ ਸਾਰੇ ਕੰਮ ਕਦੋਂ ਹੋਣਗੇ? ਜਦੋਂ ਸਰੀਰ ਅਰੋਗ ਹੋਵੇਗਾ, ਸਿਹਤਮੰਦ ਹੋਵੇਗਾ। ਅਤੇ ਜਿਹੜੇ ਬੰਦੇ ਕੋਲੋਂ ਆਪਣਾ ਭਾਰ ਨਹੀਂ ਚੁੱਕਿਆ ਜਾਂਦਾ, ਕਿੱਥੇ ਉਹਨੇ ਆਪਣੇ ਪੋਤੇ ਨੂੰ ਖੜਾਉਣਾ ਮੋਢੇ 'ਤੇ ਬਿਠਾ ਕੇ? ਨਹੀਂ ਖੜਾ ਸਕਦਾ ਨਾ। ਇਸ ਕਰਕੇ ਜ਼ਰੂਰੀ ਹੈ, ਗੁਰੂ ਬਾਬੇ ਨੇ ਜਿੱਥੇ ਸਾਨੂੰ ਆਤਮਕ ਤੌਰ ਦੇ ਉੱਤੇ ਕਿਹਾ
ਵੀ ਪਰਮਾਤਮਾ ਦਾ ਨਾਮ ਜਪਿਆ ਕਰ ਭਾਈ। ਉੱਥੇ ਸਾਨੂੰ ਇਹ ਵੀ ਕਿਹਾ ਇਹ ਜਿਹੜਾ ਸਰੀਰ ਹੈ ਇਹ ਪਰਮਾਤਮਾ ਦੀ ਦਾਤ ਹੈ, ਇਹਨੂੰ ਸੰਭਾਲ ਕੇ ਰੱਖ, ਇਹਨੂੰ ਡਸਟਬੀਨ ਨਾ ਬਣਾ। ਡਸਟਬੀਨ ਕੀ ਹੁੰਦਾ, ਡਸਟਬੀਨ ਕੀ ਹੁੰਦਾ ਹੈਗਾ, ਡਸਟਬੀਨ ਇਹ ਹੁੰਦਾ ਨਾ ਵੀ ਚੰਗਾ ਮੰਦਾ ਵਧੀਆ ਘਟਿਆ ਸਾਰਾ ਪਾ ਦਿਓ ਵਿੱਚ, ਉਹੀ ਹੁੰਦਾ ਨਾ। ਚੰਗਾ ਹੋਵੇ, ਮਾੜਾ ਹੋਵੇ, ਖੱਟਾ ਹੋਵੇ, ਮਿੱਠਾ ਹੋਵੇ, ਵਧੀਆ ਘਟਿਆ ਸਾਰਾ ਇੱਦਾਂ ਪਾ ਦਿਓ ਭਾਈ, ਡਸਟਬੀਨ ਹੈ। ਹੁਣ ਤੁਸੀਂ ਦੇਖੋ ਕਈ ਵਾਰ ਇੱਦਾਂ ਲੱਗਦਾ ਨਹੀਂ ਆਪਾਂ ਜਦੋਂ ਕਿਸੇ ਦੀ ਵਿਆਹ ਪਾਰਟੀ 'ਤੇ ਜਾਂਦੇ ਹਾਂ ਵੀ ਖੱਟਾ ਵੀ ਵਿੱਚੇ, ਮਿੱਠਾ ਵੀ ਵਿੱਚੇ, ਕੌਫੀ ਵੀ ਵਿੱਚੇ, ਚਾਹ ਵੀ ਵਿੱਚੇ, ਜੂਸ ਵੀ ਵਿੱਚੇ, ਲੱਗਦਾ ਨਹੀਂ ਇੱਦਾਂ ਵੀ ਡਸਟਬੀਨ ਬਣਾਇਆ ਹੋਇਆ ਹੈ ਨਾ। ਫਿਰ ਕੀ ਹਾਏ ਰੱਬ ਹੀ ਦੁਸ਼ਮਣ ਬਣ ਗਿਆ, ਵੀ ਰੱਬ ਨਹੀਂ ਦੁਸ਼ਮਣ ਬਣਿਆ, ਤੂੰ ਆਪਣੇ ਆਪ ਦਾ ਆਪ ਦੁਸ਼ਮਣ ਬਣਿਆ। ਵੀ ਜੀਵ 'ਤੇ ਕੰਟਰੋਲ ਨਹੀਂ, ਦੋਸ਼ ਰੱਬ ਨੂੰ ਹੈ। ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾਂ ਆਪਣੇ ਆ, ਇਹ ਇਹ ਜੀਵ ਤੇਰੀ ਟਿਕਦੀ ਨਹੀਂ ਹੈ ਅਤੇ ਦੋਸ਼ ਹਾਏ ਰੱਬ ਵੈਰੀ ਬਣ ਗਿਆ। ਰੱਬ ਨਹੀਂ ਵੈਰੀ ਬਣਿਆ, ਤੂੰ ਆਪਣੇ ਆਪ ਦਾ ਵੈਰੀ ਆਪ ਬਣਿਆ, ਤੇਰੀ ਜੀਵ ਤੇਰੀ ਵੈਰੀ ਬਣ ਗਈ ਬਸ। ਤੇਰਾ ਤੇਰਾ ਇੱਦਾਂ ਐਸ਼ੋ ਆਰਾਮ ਦੀ ਜ਼ਿੰਦਗੀ ਜਿਹੜੀ ਹੈ, ਦੁੱਖ ਦਾਰੂ ਸੁੱਖ ਰੋਗ, ਤੇਰੇ ਸੁੱਖ ਹੀ ਤੇਰੇ ਲਈ ਰੋਗ ਬਣ ਗਏ ਗੁਰਮੁਖ। ਥੋੜ੍ਹਾ ਜਿਹਾ ਨਾ ਵਿਚਾਰੀਏ ਇਹਨਾਂ ਗੱਲਾਂ ਨੂੰ ਇੱਦਾਂ ਕਰਕੇ। ਐਵੇਂ ਨਹੀਂ ਗੁਰੂ ਨਾਨਕ ਸਾਹਿਬ ਪਾਤਸ਼ਾਹ 60-65 ਸਾਲ ਦੀ ਉਮਰ ਦੇ ਵਿੱਚ ਵੀ ਹਲ ਵਾਹੁੰਦੇ ਫਿਰਦੇ ਆ, ਇਹੀ ਕਾਰਨ ਸੀ। ਇਹ ਸਰੀਰ ਹੈ, ਜਿੰਨਾ ਇਹਦੇ ਤੋਂ ਕੰਮ ਲਵਾਂਗੇ ਇਹਨੇ ਘਟਣਾ ਨਹੀਂ, ਇਹਨੇ ਵਧਣਾ ਹੈ ਉਨਾ, ਜਿੰਨਾ ਕੰਮ ਨਹੀਂ ਲਵਾਂਗੇ ਇਹਨੇ ਘਟਦਾ ਜਾਣਾ। ਯਤਨ ਕਰੋ ਨਾ, ਇਹ ਇਹ ਥੋੜ੍ਹਾ ਇੱਦਾਂ ਵੀ ਜੇ 1100 ਰੁਪਈਆ ਆਪਾਂ ਪਾਇਆ ਇੱਦਾਂ ਸ਼ਗਨ ਦਾ ਅਤੇ ਹੁਣ ਪੂਰਾ ਕਰਕੇ ਜਾਣਾ, ਉਹ ਨਾ ਇੱਦਾਂ ਕਰੋ। ਇਹ ਸਾਨੂੰ ਭਾਰੀ ਪੈ ਜਾਂਦਾ ਜਿੰਨਾ ਜਿੰਨਾ ਜ਼ਬਾਨ 'ਤੇ ਕੰਟਰੋਲ ਰੱਖ ਲਾਂਗੇ ਇੱਦਾਂ, ਉਹਨਾਂ ਸਾਡੇ ਲਈ ਚੰਗਾ। ਪੋਤੇ ਪੋਤੀਆਂ ਨੂੰ ਖੜਾਵਾਂਗੇ, ਅੱਗੇ ਪਿੱਛੇ ਭੱਜਾਂਗੇ ਇੱਦਾਂ ਉਹਨਾਂ ਦੇ। ਇੱਦਾਂ ਪਹਿਲਾਂ ਹੁੰਦਾ ਸੀ ਨਾ, ਦਾਦਾ ਪੁੱਤ ਇਕੱਠੇ ਜਾਂਦੇ ਸੀ ਬਾਜ਼ਾਰ, ਕਦੇ ਹੁਣ ਦੇਖਿਆ ਇੱਦਾਂ ਵੀ ਦਾਦਾ ਪੁੱਤ ਇਕੱਠੇ ਇੱਦਾਂ ਕਦੇ ਖੇਤ ਵਿੱਚ ਕੰਮ ਕਰਦੇ ਹੁਣ? ਨਹੀਂ ਹੁੰਦਾ। ਕਿਉਂ? ਕਿਉਂਕਿ ਜਦੋਂ ਨੂੰ ਪੋਤਾ ਵੱਡਾ ਹੁੰਦਾ ਦਾਦੇ ਦੇ ਗੋਡੇ ਜਵਾਬ ਦੇ ਜਾਂਦੇ ਆ। ਤੋ ਇਹ ਸਰੀਰ ਹੈ, ਜਦੋਂ ਇਹ ਸਰੀਰ ਸਾਨੂੰ ਪਰਮੇਸ਼ਰ ਦੇ ਕੋਲੋਂ ਮਿਲਿਆ ਸੀ ਉਦੋਂ ਇੱਦਾਂ ਦਾ ਨਹੀਂ ਸੀ ਮਿਲਿਆ ਜਿੱਦਾਂ ਦਾ ਅਸੀਂ ਬਣਾ ਕੇ ਬੈਠੇ ਹਾਂ। ਗੁਰੂ ਗੁਰੂ ਕਦੇ ਕਦੇ ਗੁਰੂ ਖਡੂਰ ਸਾਹਿਬ ਜਾਓ, ਗੁਰਦੁਆਰਾ ਸਾਹਿਬ ਦਾ ਨਾਂ ਹੀ ਮੱਲ ਅਖਾੜਾ ਹੈ। ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ, ਉਹਦਾ ਨਾਮ ਕੀ ਹੈ? ਮੱਲ ਅਖਾੜਾ। ਮੱਲ ਅਖਾੜਾ ਕੀ ਹੁੰਦਾ? ਅਖਾੜੇ ਦਾ ਅਰਥ ਹੁੰਦਾ ਗਰਾਊਂਡ, ਜਿੱਥੇ ਮੱਲ ਕੁਸ਼ਤੀਆਂ ਲੜਦੇ ਸੀ ਉਸ ਗਰਾਊਂਡ ਨੂੰ ਅਖਾੜਾ ਕਿਹਾ ਜਾਂਦਾ। ਇਹ ਮੱਲਾਂ ਪਹਿਲਵਾਨਾਂ ਦਾ ਅਖਾੜਾ ਹੈ। ਗੁਰੂ ਅਮਰਦਾਸ ਹੈ ਪਾਤਸ਼ਾਹ, ਸ਼ਾਮ ਦੇ ਵੇਲੇ ਸਿੱਖਾਂ ਦੀ ਕੁਸ਼ਤੀ ਕਰਾਉਂਦੇ ਸੀ ਉੱਥੇ। ਅਰਥ ਕੀ ਸੀ? ਤੰਦਰੁਸਤ ਹੋਣ ਸਿੱਖ। ਇੱਦਾਂ ਇੱਦਾਂ ਕਰਕੇ ਤੁਸੀਂ ਇਹ ਦੇਖੋ ਵੀ ਜਦੋਂ ਜਮਰੌਦ ਦੇ ਕਿਲੇ ਨੂੰ ਘੇਰਾ ਪੈਂਦਾ ਨਾ, ਬੀਬੀ ਸ਼ਰਨ ਕੌਰ ਦਾ ਇਤਿਹਾਸ ਪੜ੍ਹੋ ਕਦੇ। ਇੱਕ ਤਾਂ ਬੀਬੀ ਹਰਸ਼ਰਨ ਕੌਰ ਹੈ ਨਾ, ਹਰਸ਼ਰਨ ਕੌਰ ਜਿਹਨੇ 40 ਜਿਹੜਾ ਸਿੱਖ ਸੀ ਉਹਦਾ ਸੰਸਕਾਰ ਕੀਤਾ ਸੀ। ਇੱਕ ਬੀਬੀ ਹਰਸ਼ਰਨ ਕੌਰ ਉਹ ਵੀ ਹੈ ਜਿਹੜੀ ਲਾਹੌਰ ਦਰਬਾਰ ਦੀ ਚਿੱਠੀ ਲੈ ਕੇ, ਉੱਥੋਂ ਸੁਨੇਹਾ ਲੈ ਕੇ ਲਾਹੌਰ ਪਹੁੰਚੀ ਜਮਰੌਦ ਦੇ ਕਿਲੇ ਤੋਂ ਘੋੜੇ 'ਤੇ ਸਵਾਰ ਹੋ ਕੇ। ਇੱਦਾਂ ਇਹ ਕਹਿ ਲਓ ਵੀ ਸੈਂਕੜੇ ਕੋਹ ਦੂਰ ਬੀਬੀ ਘੋੜੇ 'ਤੇ ਸਵਾਰ ਹੋ ਕੇ ਚੜ੍ਹ ਕੇ ਆ ਗਈ।
ਇਹ ਸਾਡਾ ਇਤਿਹਾਸ ਹੈ। ਇਸੇ ਤਰ੍ਹਾਂ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਸਤਿਗੁਰੂ ਪਾਤਸ਼ਾਹ ਵੀ ਸਿੱਖਾਂ ਨੂੰ ਸ਼ਾਮ ਦੇ ਵੇਲੇ ਅਭਿਆਸ ਕਰਾਉਂਦੇ ਸਰੀਰਕ ਤੌਰ ਦੇ ਉੱਤੇ। ਇਸ ਕਰਕੇ ਜੇ ਇਹ ਆਪਾਂ ਸਾਰੀ ਗੱਲ ਜਿਹੜੀ ਕਰ ਰਹੇ ਹਾਂ, ਜੇ ਅੱਜ ਸਰੀਰ ਨੂੰ ਰੋਗ ਲੱਗੇ ਨੇ, ਬਿਮਾਰੀਆਂ ਲੱਗੀਆਂ ਨੇ, ਉਹਦੇ ਵਿੱਚ ਸਭ ਤੋਂ ਵੱਡਾ ਕਾਰਨ ਸਾਡੀ ਜੀਭ ਹੈ, ਜੀਭ ਦੇ ਸਵਾਦ ਨੇ। ਮੈਂ ਤਾਂ ਕਈ ਵਾਰ ਕਹਿੰਦਾ ਹੁੰਦਾ ਵੀ ਇੱਥੇ ਸਾਡੇ ਪ੍ਰੋਗਰਾਮ ਹੁੰਦੇ ਸਵੇਰੇ 6 ਵਜੇ, ਦੱਸੋ ਵੀ 6 ਵਜੇ ਕਿਹੜੇ ਬੰਦੇ ਨੂੰ ਭੁੱਖ ਲੱਗ ਆਉਂਦੀ ਹੈ? 6 ਵਜੇ ਪੂੜੀਆਂ ਚੱਲਦੀਆਂ ਜੀ, 6 ਵਜੇ ਭਟੂਰੇ ਚੱਲਦੇ ਆ, 6 ਵਜੇ ਭਟੂਰੇ ਖਾਣੇ, ਦੱਸੋ ਕਿੱਥੇ ਜਾਏਗਾ ਬੰਦਾ? ਮਤਲਬ ਕੀ ਹੈ ਵੀ ਸਾਂਝੇ ਨੇ ਵੀ ਸਰੀਰਕ ਕਾਰਨ ਸਰੀਰ ਹੈ ਭਾਈ, ਇਹਨੂੰ ਡਸਟਬੀਨ ਨਾ ਬਣਾ। ਕਿਹੜੇ ਨੂੰ 6 ਵਜੇ ਭੁੱਖ ਲੱਗ ਜਾਂਦੀ ਹੈ? ਤੁਸੀਂ ਡਾਕਟਰ ਕੋਲ ਜਾਓ, ਉਹਨੂੰ ਪੁੱਛ ਕੇ ਦੇਖੋ ਵੀ ਜੇ ਮੈਂ 1 ਮਹੀਨਾ ਭਟੂਰੇ ਖਾਵਾਂ ਮੇਰਾ ਹਾਲ ਕੀ ਹੋਏਗਾ? ਇਹਦਾ ਅਰਥ ਬਣਿਆ ਵੀ ਗੁਰੂ ਘਰਾਂ ਦੇ ਲੰਗਰ ਵੀ ਜਿੱਦਾਂ ਦੇ ਹੋਣੇ ਚਾਹੀਦੇ ਸੀ ਉੱਦਾਂ ਦੇ ਨਹੀਂ। ਗੁਰੂ ਕਾ ਲੰਗਰ ਰਸ ਅੰਮ੍ਰਿਤ ਖੀਰ ਕਿਆਲੀ, ਕਿਹਾ ਨਾ ਬਾਣੀ ਨੇ, ਰਸ ਅੰਮ੍ਰਿਤ ਖੀਰ ਕਿਆਲੀ, ਲਿਖਿਆ ਤੰਦਰੁਸਤ ਭੋਜਨ, ਤੰਦਰੁਸਤ ਭੋਜਨ ਗੁਰੂ ਘਰ ਵਿੱਚੋਂ ਮਿਲਦਾ ਸੀ। ਅੱਜ ਗੁਰੂ ਘਰਾਂ ਦੇ ਵਿੱਚੋਂ ਵੀ ਬਿਮਾਰੀਆਂ ਵਾਲਾ ਭੋਜਨ ਮਿਲਦਾ ਹੈ। ਜਿੰਨੇ ਆ ਸਮੋਸੇ ਨੇ, ਭਟੂਰੇ ਨੇ, ਪੀਜ਼ੇ, ਬਰਗਰ, ਨਿਊਡਲਸ ਲੰਗਰ ਚਲਾਏ ਹੋਏ ਨੇ, ਇਹ ਸਭ ਬਿਮਾਰੀਆਂ ਦੇਣ ਵਾਲੇ ਹੈ। ਪਰ ਇਹ ਗੁਰੂ ਨੇ ਨਹੀਂ ਕਿਹਾ, ਗੁਰੂ ਨੇ ਕੀ ਕਿਹਾ ਹੁਣ ਸਮਝ ਲਓ, ਗੁਰੂ ਪਾਤਸ਼ਾਹ ਨੇ ਕੀ ਕਿਹਾ? ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਕਿੰਨੇ ਸੌਖੇ ਅਰਥ ਹੈ ਬਾਬੇ ਦੀ ਬਾਣੀ ਦੇ। ਜਿੱਤ ਖਾਧਾ ਤਨ ਪੀੜੀ ਹੈ, ਪੀੜੀਏ ਦਾ ਕੀ ਅਰਥ ਹੈ? ਪੀੜ ਹੁੰਦੀ ਹੈ, ਰੋਗ ਲੱਗਦੇ ਨੇ ਜਿਸ ਨੂੰ ਖਾਣ ਦੇ ਨਾਲ ਤੈਨੂੰ ਰੋਗ ਲੱਗਦੇ ਆ, ਪੀੜ ਹੁੰਦੀ ਹੈ ਤੇਰੇ ਅੰਦਰ। ਮਨ ਮੈਂ ਚੱਲੈ ਵਕਾਰ, ਜਿਸ ਨੂੰ ਖਾਣ ਦੇ ਨਾਲ ਤੇਰੇ ਮਨ ਵਿੱਚ ਵਕਾਰ ਪੈਦਾ ਹੁੰਦੇ ਨੇ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਅਜਿਹਾ ਖਾਣਾ ਜੀਵਨ ਦੀ ਖੁਆਰੀ ਹੈ, ਐਸੇ ਖਾਣੇ ਨੇ ਤੇਰੀ ਜ਼ਿੰਦਗੀ ਨੂੰ ਖੁਆਰ ਕਰ ਦੇਣਾ। ਹੁਣ ਤੁਸੀਂ ਦੇਖੋ ਕਿੱਦਾਂ ਸਾਡੀ ਬਹੁਤਾਂਤ ਸਾਡਾ ਭੋਜਨ ਸਾਨੂੰ ਖੁਆਰ ਕਰ ਰਿਹਾ ਹੈ। ਤੋ ਖੈਰ ਆਪਾਂ ਅਰਥਾਂ ਵੱਲ ਆਈਏ। ਜਿਹ ਪ੍ਰਸਾਦ ਆਰੋਗ ਕੰਚਨ ਦੇਹੀ, ਜਿਸ ਦੀ ਕਿਰਪਾ ਦੇ ਨਾਲ ਤੈਨੂੰ ਰੋਗ ਰਹਿਤ ਸੋਨੇ ਵਰਗਾ ਸਰੀਰ ਮਿਲਿਆ, ਰੱਬ ਦੇ ਘਰ ਵਿੱਚੋਂ ਤੈਨੂੰ ਇਹ ਸਰੀਰ ਅਰੋਗ ਹੀ ਮਿਲਿਆ ਸੀ, ਇਹ ਕੰਚਨ ਵਰਗਾ ਹੀ ਮਿਲਿਆ ਸੀ, ਰੋਗੀ ਇਸ ਸਰੀਰ ਨੂੰ ਬੰਦਿਆ ਤੂੰ ਆਪ ਬਣਾਇਆ। ਜਿਹ ਪ੍ਰਸਾਦ ਆਰੋਗ ਕੰਚਨ ਦੇਹੀ, ਲਿਵ ਲਾਵੋ ਤਿਸ ਰਾਮ ਸਨੇਹੀ, ਸਨੇਹੀ ਹੁੰਦਾ ਪਿਆਰ ਕਰਨ ਵਾਲਾ, ਸਨੇਹ ਕਰਨ ਵਾਲਾ, ਜਿਹੜਾ ਰਾਮ ਸਾਰਿਆਂ ਨੂੰ ਪਿਆਰ ਕਰਨ ਵਾਲਾ ਹੈ, ਲਿਵ ਲਾਵੋ ਉਸ ਰਾਮ ਦੇ ਨਾਲ ਆਪਣੀ ਲਿਵ ਨੂੰ ਲਾ, ਆਪਣੀ ਸੁਰਤ ਨੂੰ ਜੋੜ। ਜਿਹ ਪ੍ਰਸਾਦ ਤੇਰਾ ਓਲਾ ਰਹਿਤ, ਓਲਾ ਹੁੰਦਾ ਪਰਦਾ, ਜਿਹਦੀ ਕਿਰਪਾ ਦੇ ਨਾਲ ਤੇਰੇ ਪਰਦਾ ਬਣਿਆ ਹੋਇਆ, ਤੇਰਾ ਓਲਾ ਬਣਿਆ ਹੋਇਆ ਹੈ, ਤੇਰੇ ਪਾਪ ਦੁਨੀਆ ਸਾਹਮਣੇ ਨਹੀਂ। ਓਲੇ ਦਾ ਪਰਦਾ ਕੀ ਅਰਥ ਹੁੰਦਾ? ਵੀ ਪਿੱਛੇ ਕੁਛ ਹੋਰ ਹੈ, ਅੱਗੇ ਕੁਛ ਹੋਰ ਹੈ। ਜਿਸ ਦੀ ਕਿਰਪਾ ਦੇ ਨਾਲ ਤੇਰਾ ਪਰਦਾ ਬਣਿਆ ਹੋਇਆ ਹੈ, ਓਲਾ ਰਹਿ ਰਿਹਾ ਤੇਰਾ, ਮਨ ਸੁਖ ਪਾਵੈ ਹਰ ਹਰ ਜਸ ਕਹਿਤ, ਐ ਮੇਰੇ ਮਨਾ
ਉਸ ਹਰੀ ਦੇ ਜਸ ਕਹਿਣ ਦੇ ਨਾਲ ਤੈਨੂੰ ਸੁੱਖ ਪ੍ਰਾਪਤ ਹੋਣਗੇ। ਜਿਹ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਜਿਸ ਦੀ ਕਿਰਪਾ ਦੇ ਨਾਲ ਤੇਰੀ ਜ਼ਿੰਦਗੀ ਦੇ ਸਾਰੇ ਛੇਦ ਪਰਮੇਸ਼ਰ ਨੇ ਢਕੇ ਹੋਏ ਹੈ। ਬੜੇ ਛੇਦ ਨੇ ਗੁਰਮੁਖੋ ਸਾਡੀ ਜ਼ਿੰਦਗੀ 'ਚ ਢਕੇ ਹੋਏ ਨੇ ਪਰਮਾਤਮਾ ਨੇ। ਜਿਵੇਂ ਬਾਬਾ ਜੀ ਨੇ ਕਹਿਣਾ, ਕਬੀਰ ਬੇੜਾ ਜਰਜਰਾ ਫੂਟੇ ਛੇਕ ਹਜ਼ਾਰ। ਇਹ ਸਰੀਰ ਇੱਕ ਜਰਜਰਾ ਬੇੜਾ ਹੈ, ਇਹਦੇ 'ਚ ਕਿੰਨੇ ਛੇਕ ਨੇ, ਇੱਕ ਇੱਕ ਵਕਾਰ ਨੇ, ਕਿੰਨੇ ਕਿੰਨੇ ਕੀਤੇ ਹੋਏ ਨੇ ਤੇਰੀ ਆਤਮਾ 'ਚ ਛੇਕ ਫੂਟੇ, ਜਿਸ ਦੀ ਕਿਰਪਾ ਦੇ ਨਾਲ ਕਹਿਣ ਲੱਗੇ ਤੇਰੇ ਸਾਰੇ ਛਿਦਰ ਢਕੇ ਹੋਏ ਨੇ। ਛਿਦਰ ਦਾ ਕੀ ਅਰਥ ਹੈ? ਐਬ। ਚਲੋ ਹੋਰ ਸੋ ਕਰ ਲੱਗੇ ਸੌਖਾ। ਛਿਦਰ ਦਾ ਕੀ ਅਰਥ ਹੈ ਇੱਥੇ? ਐਬ। ਜਿਹੜੇ ਤੇਰੇ ਅੰਦਰ ਐਬ ਨੇ ਉਹ ਢਕੇ ਪਏ ਨੇ, ਕਿਸੇ ਨੂੰ ਪਤਾ ਨਹੀਂ ਹੈ, ਪਰ ਰੱਬ ਨੂੰ ਤਾਂ ਪਤਾ ਹੈ ਨਾ। ਉਹਦੀ ਕਿਰਪਾ ਦੇ ਨਾਲ ਤੇਰੇ ਐਬ ਢਕੇ ਹੋਏ ਨੇ। ਮਨ ਸ਼ਰਨੀ ਪਰ ਐ ਮਣਾ, ਫਿਰ ਉਹਦੀ ਸ਼ਰਨੀ ਪੈ। ਠਾਕਰ ਪ੍ਰਭ ਤਾਂ ਕਹਿ, ਉਹ ਠਾਕਰ ਪ੍ਰਭੂ ਦੀ ਸ਼ਰਨ ਦੇ ਵਿੱਚ ਪੈ ਜਾ। ਜਿਹ ਪ੍ਰਸਾਦ ਤੁਜ ਕੋ ਨਾ ਪਹੁੰਚੈ, ਜਿਹਦੀ ਕਿਰਪਾ ਦੇ ਨਾਲ ਇਹ ਬੰਦਿਆ ਤੇਰੇ ਬਰਾਬਰ ਕੋਈ ਹੋਰ ਜੀਵ ਨਹੀਂ ਪਹੁੰਚਦਾ। ਕੋਈ ਪਸ਼ੂ ਪੰਛੀ ਹੈ ਜਿਹੜਾ ਤੇਰੀ ਬਰਾਬਰੀ ਕਰ ਸਕੇ? ਨਹੀਂ ਕਰ ਸਕਦਾ। ਜੇ ਤੈਨੂੰ ਇਹ ਨਾ ਬਰਾਬਰੀ ਕਰਨ ਵਾਲਾ ਕੋ ਨਾ ਪਹੁੰਚੈ, ਕੋਈ ਨਹੀਂ ਪਹੁੰਚਦਾ ਤੇਰੇ ਬਰਾਬਰ। ਐਡਾ ਸੋਹਣਾ ਤੈਨੂੰ ਇਹ ਸਰੀਰ ਮਿਲਿਆ, ਐਡੀ ਸੋਹਣੀ ਤੈਨੂੰ ਇਹ ਆਤਮਾ ਮਿਲੀ ਹੈ, ਐਡੀ ਸੋਹਣੀ ਤੈਨੂੰ ਇਹ ਬੁੱਧੀ ਮਿਲੀ ਹੈ। ਮਨੁੱਖ ਵਰਗੀ ਬੁੱਧੀ ਕਿਸੇ ਦੀ ਨਹੀਂ, ਮਨੁੱਖ ਵਰਗਾ ਸਰੀਰ ਕਿਸੇ ਦਾ ਨਹੀਂ। ਫਿਰ ਇਹ ਮਨਾ, ਮਨ ਇਹ ਮਨਾ, ਸਾਸ ਸਾਸ ਸਿਮਰੋ, ਇੱਕ ਇੱਕ ਸਵਾਸ ਸਿਮਰਿਆ ਕਰ। ਪ੍ਰਭ ਉੱਚੇ, ਜਿਹੜਾ ਪ੍ਰਭੂ ਸਭ ਤੋਂ ਉੱਚਾ ਹੈ। ਜਿਹ ਪ੍ਰਸਾਦ ਪਾਈ ਦੁਰਲੱਭ ਦੇਹ, ਦੁਰਲੱਭ ਕੀ ਹੁੰਦਾ? ਬੇਸ਼ ਕੀਮਤੀ, ਜਿਹਦੀ ਕੋਈ ਕੀਮਤੀ ਨਾ ਹੋਵੇ। ਹੈ ਗੁਰਮੁਖੋ ਸਰੀਰ ਦੀ ਕੋਈ ਕੀਮਤ? ਜਿਹੜਾ ਆ ਸਾਨੂੰ ਸਰੀਰ ਮਿਲਿਆ ਇਹਦੀ ਕੋਈ ਕੀਮਤ ਹੈ? ਬਿਲਕੁਲ ਨਹੀਂ ਨਾ। ਪਾਤਸ਼ਾਹ ਕਹਿੰਦੇ ਦੁਰਲੱਭ ਦੇਹ ਮਿਲੀ ਹੈ ਨਾਨਕ, ਤਾਂ ਕੀ ਭਗਤ ਕਰੇ। ਫਿਰ ਹੇ ਨਾਨਕ, ਉਸ ਪਰਮਾਤਮਾ ਦੀ ਭਗਤੀ ਕਰਿਆ ਕਰਨਾ ਜਿਸ ਦੀ ਕਿਰਪਾ ਦੇ ਨਾਲ ਤੈਨੂੰ ਇਹ ਕੀਮਤੀ ਦੇਹ ਮਿਲੀ ਹੈ, ਇਹ ਸਰੀਰ ਮਿਲਿਆ ਤੈਨੂੰ ਐਡਾ ਸੋਹਣਾ। ਜਿਵੇਂ ਬਾਬਾ ਭਗਤ ਬਾਬਾ ਨਾਮਦੇਵ ਸਾਹਿਬ ਕਹਿੰਦੇ ਨੇ, ਪਹਿਲ ਪੁਰੀਏ ਪੁੰਡਰਕ ਵਣਾ ਤਾਂਚੇ ਹੰਸਾ ਸਗਲੇ ਜਨਾ। ਪਹਿਲ ਪੁਰੀਏ, ਪਹਿਲੋਂ ਪਹਿਲ ਪੁੰਡਰਕ ਵਣਾ, ਪੁੰਡਰਕ ਕੀ ਹੁੰਦਾ? ਕੌਲ ਦਾ ਫੁੱਲ। ਵਣਾ ਦਾ ਅਰਥ ਹੈ ਜੰਗਲ, ਇੱਥੇ ਬਣੇਗਾ ਬਗੀਚਾ। ਪਹਿਲੋਂ ਪਹਿਲ ਪਰਮਾਤਮਾ ਨੇ ਇਸ ਸੰਸਾਰ ਨੂੰ ਕੌਲ ਫੁੱਲਾਂ ਦੇ ਬਗੀਚੇ ਵਰਗਾ ਸੋਹਣਾ ਬਣਾਇਆ ਸੀ। ਤਾਂਚੇ ਹੰਸਾ ਸਗਲੇ ਜਣਾ, ਅਤੇ ਜਿੰਨੇ ਇਹ ਜੀਵ ਨੇ ਇਹ ਹੰਸਾਂ ਵਰਗੇ ਬਣਾਏ ਸੀ। ਇਹਦਾ ਅਰਥ ਵਾਹਿਗੁਰੂ ਪਰਮੇਸ਼ਰ ਨੇ ਅਤੇ ਗੁਰਮੁਖੋ ਸਾਨੂੰ ਹੰਸਾਂ ਵਰਗੇ ਬਣਾਇਆ ਸੀ। ਅਤੇ ਹੰਸਾਂ ਦਾ ਖਾਣਾ ਕੀ ਹੁੰਦਾ? ਹੰਸਾਂ ਹੀਰਾ ਮੋਤੀ ਚੁਗਣਾ, ਬਗ ਡੱਡਾਂ ਭਾਲਣ ਜਾਵੇ। ਰੱਬ ਨੇ ਸਾਨੂੰ ਹੰਸ ਬਣਾਇਆ ਸੀ, ਤੂੰ ਸੱਚ ਦੇ ਸ਼ੁਭ ਗੁਣਾਂ ਦੇ ਮੋਤੀ ਚੁਗਦਾ ਹੋਵੇਂ, ਤੂੰ ਚੰਗਿਆਈਆਂ ਦੇ ਮੋਤੀ ਚੁਗਦਾ ਹੋਵੇਂ, ਇਹ ਤਾਂ ਤੂੰ ਬਣ ਗਿਆ ਨਾ, ਵੀ ਡੱਡੂ ਬਣ ਗਿਆ ਅਤੇ ਥਾਂ ਥਾਂ ਤੋਂ ਉੱਤੋਂ ਬੁਰਾਈਆਂ ਦੀ ਵਕਾਰਾਂ ਦੀ ਗੰਦਗੀ ਖਾ ਰਿਹਾ ਹੈ। ਇਸ ਕਰਕੇ ਬੜੀ ਕੀਮਤੀ ਤੈਨੂੰ ਇਹ ਦੇਹ ਮਿਲੀ ਹੈ, ਉਸ ਪਰਮਾਤਮਾ ਦੀ ਭਾਈ ਭਗਤੀ ਕਰਿਆ ਕਰ, ਉਹਦਾ ਸ਼ੁਕਰਾਨਾ ਕਰਿਆ ਕਰ। ਨਾਨਕ ਤਾਂ ਕੀ ਭਗਤ ਕਰੇ। ਭੁੱਲਾਂ ਚੁੱਕਾਂ ਦੀ ਖਿਮਾ,
ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।